ਤੁਸੀਂ ਚਿਕੰਦਰ ਦੀ ਚਾਟ ਜਿਹੜੀ ਮੇਰੀਆਂ ਪਹਿਲੀਆਂ ਰੈਸਿਪੀ ਲੰਘ ਚੁੱਕੀਆਂ ਹੋਈਆਂ ਉਹਨਾਂ 'ਚ ਦੇਖੀ ਹੋਏਗੀ, ਮੈਂ ਉਹ ਚਿਕੰਦਰ ਦੀ ਚਾਟ ਬਣਾਈ ਹੋਈ ਸੀ, ਉਹ ਵੀ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੀ ਹੈ ਅਤੇ ਮੈਨੂੰ ਮੈਸੇਜ ਵੀ ਕਾਫੀ ਆਏ ਆ ਕਿ ਉਹ ਚਾਟ ਬਹੁਤ ਵਧੀਆ ਲੱਗੀ ਹੈ ਸਾਨੂੰ। ਅਤੇ ਹੁਣ ਜਿਹੜਾ ਚਿਕੰਦਰ ਦਾ ਹਲਵਾ ਹੈ, ਚਿਕੰਦਰ ਦਾ ਕੜਾਹ ਹੈ, ਉਹ ਵੀ ਤੁਹਾਨੂੰ ਜ਼ਰੂਰ ਪਸੰਦ ਆਏਗਾ। ਨੋਟ ਕਰੋ ਇਹਦੇ ਇੰਗਰੀਡੈਂਟਸ। ਚਿਕੰਦਰ ਦੇ ਕੜਾਹ ਵਾਸਤੇ ਸਾਨੂੰ ਜੀ ਚਿਕੰਦਰ ਚਾਹੀਦੀ ਹੈ ਉਬਲੀ ਹੋਈ, 2 ਚਿਕੰਦਰ ਦੇ ਪੀਸ ਉਬਾਲੇ ਹੋਏ, ਛਿੱਲੇ ਹੋਏ ਅਤੇ ਉਹਨਾਂ ਨੂੰ ਕੱਦੂਕਸ ਕੀਤਾ ਹੋਇਆ। ਖੰਡ ਚਾਹੀਦੀ ਹੈ ਸਾਨੂੰ 4 ਕੁ ਚਮਚ, ਖੋਇਆ 4-5 ਚਮਚ, ਦੇਸੀ ਘਿਓ 2-3 ਚਮਚ, ਬਦਾਮ ਪਤਲੇ ਕੱਟੇ ਹੋਏ 2-3 ਚਮਚ, 2-3 ਛੋਟੀਆਂ ਹਰੀਆਂ ਇਲਾਚੀਆਂ, 1/2 ਗਲਾਸ ਦੁੱਧ। ਸ਼ੁਰੂ ਕਰਦੇ ਹਾਂ ਜੀ ਚਿਕੰਦਰ ਦਾ ਕੜਾਹ। ਦੇਸੀ ਘਿਓ ਲੈਂਦੇ ਹਾਂ ਜੀ, 2-3 ਚਮਚ ਅਸੀਂ ਦੇਸੀ ਘਿਓ ਲੈਣਾ। ਬਦਾਮ ਦੀਆਂ ਪਤਲੀਆਂ ਕੱਟੀਆਂ ਹੋਈਆਂ ਗਿਰੀਆਂ, 2-3 ਛੋਟੀਆਂ ਇਲਾਇਚੀਆਂ, ਹਲਕਾ ਜਿਹਾ ਅਸੀਂ ਬਦਾਮ ਨੂੰ ਭੁੰਨਣਾ। ਉਸ ਤੋਂ ਬਾਅਦ ਜਿਹੜੀ ਅਸੀਂ ਚਿਕੰਦਰ ਉਬਾਲ ਕੇ ਅਤੇ ਕੱਦੂਕਸ ਕਰਕੇ ਰੱਖੀ ਹੈ ਉਹਨੂੰ ਅਸੀਂ ਇਹਦੇ ਵਿੱਚ ਘਿਓ ਦੇ ਵਿੱਚ ਪਾ ਦੇਣਾ। ਕਿ ਚਿਕੰਦਰ ਅਸੀਂ ਉਬਾਲੀ ਹੋਈ ਆ ਇਸ ਕਰਕੇ ਇਹਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਹੈ, ਥੋੜ੍ਹੀ ਕੁ ਦੇਰ ਹੀ ਅਸੀਂ ਭੁੰਨਣਾ ਇਹਨੂੰ। ਬਹੁਤ ਬ੍ਰਾਈਟ ਕਲਰ ਦਾ ਕੜਾਹ ਬਣੇਗਾ ਅਤੇ ਬ੍ਰਾਈਟ ਕਲਰ ਜਿਹੜੇ ਆ ਉਹ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦੇ ਨੇ। ਬ੍ਰਾਈਟ ਕਲਰ ਜਿਹੜੇ ਸਾਡਾ ਬਲੱਡ ਜਿਹੜਾ ਹੈ ਗੂੜੇ ਫਲਾਂ ਦੇ ਨਾਲ, ਗੂੜੀਆਂ ਸਬਜ਼ੀਆਂ ਦੇ ਨਾਲ ਸਾਡਾ ਬਲੱਡ ਜਿਹੜਾ ਉਹ ਪਿਊਰੀਫਾਈ ਵੀ ਹੁੰਦਾ ਹੈ ਅਤੇ ਬਲੱਡ ਸੈੱਲ ਸਾਡੇ ਵੱਧਦੇ ਵੀ ਆ ਬਹੁਤ। ਚਿਕੰਦਰ ਸਾਡੀ ਭੁੱਜ ਗਈ ਹੋਈ ਆ, ਹੁਣ ਅਸੀਂ ਇਹਦੇ ਵਿੱਚ 1/2 ਗਲਾਸ ਜਿਹੜਾ ਦੁੱਧ ਦਾ ਪਾ ਦੇਣਾ। ਦੁੱਧ ਜਿਹੜਾ ਹੈ ਚੰਗੀ ਤਰ੍ਹਾਂ ਸੁੱਕ ਗਿਆ ਹੋਇਆ ਉਹਦੇ ਵਿੱਚ, ਹੁਣ ਅਸੀਂ ਇਹਦੇ ਵਿੱਚ ਖੋਇਆ ਪਾਉਣਾ। ਖੋਇਆ ਪਾ ਕੇ ਵੀ ਅਸੀਂ ਥੋੜ੍ਹੀ ਕੁ ਦੇਰ ਇਹਨੂੰ ਭੁੰਨਣਾ ਹੈ। ਹੁਣ ਨਾਲ ਹੀ ਅਸੀਂ ਇਹਦੇ ਖੰਡ ਪਾ ਦੇਣੀ ਆ ਕਿ ਚਿਕੰਦਰ ਜਿਹੜੀ ਹੈ ਥੋੜ੍ਹੀ ਮਿਠਾਸ ਵਿੱਚ ਹੁੰਦੀ ਹੈ, ਇਸ ਕਰਕੇ ਖੰਡ ਅਸੀਂ ਬਹੁਤੀ ਜ਼ਿਆਦਾ ਨਹੀਂ ਪਾਉਣੀ, 3 ਜਾਂ 4 ਚਮਚ ਅਸੀਂ ਇਹਦੇ ਵਿੱਚ ਖੰਡ 'ਤੇ ਪਾ ਦੇਣੇ। ਚਿਕੰਦਰ ਦਾ ਜਿਹੜਾ ਕੜਾਹ ਹੈ ਉਹ ਬਣ ਕੇ ਸਾਡਾ ਤਿਆਰ ਹੈ ਜੀ, ਹੁਣ ਅਸੀਂ ਇਹਨੂੰ ਸਰਵ ਕਰਦੇ ਹਾਂ। ਲਓ ਜੀ ਚਿਕੰਦਰ ਦਾ ਕੜਾਹ ਤਿਆਰ ਹੈ। ਚਿਕੰਦਰ ਦਾ ਕੜਾਹ ਬਣ ਕੇ ਤਿਆਰ ਹੈ ਜੀ, ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ, ਤੁਸੀਂ ਘਰ ਬਣਾਓਗੇ ਜ਼ਰੂਰ ਅਤੇ ਖਾਓਗੇ ਵੀ। ਨੋਟ ਕਰ ਲਓ ਇਹਦਾ ਛੋਟਾ ਜਿਹਾ ਰੀਕੈਪ, ਸਭ ਤੋਂ ਪਹਿਲਾਂ ਅਸੀਂ ਚਿਕੰਦਰ ਲੈਣੀ ਹੈ, 2 ਚਿਕੰਦਰ ਲੈ ਕੇ ਉਹਨਾਂ ਨੂੰ ਉਬਾਲਣਾ ਹੈ, ਉਬਾਲਣ ਤੋਂ ਬਾਅਦ ਅਸੀਂ ਉਹਨਾਂ ਨੂੰ ਕੱਦੂਕਸ ਕਰ ਲੈਣਾ ਹੈ। ਕੱਦੂਕਸ ਕਰਕੇ ਅਸੀਂ ਦੇਸੀ ਘਿਓ ਦੇ ਵਿੱਚ ਇਹਨੂੰ ਭੁੰਨਣਾ ਹੈ, ਨਾਲ ਹੀ ਅਸੀਂ ਬਦਾਮ ਦੀਆਂ ਗਿਰੀਆਂ ਅਤੇ ਛੋਟੀਆਂ ਇਲਾਚੀਆਂ ਵੀ ਪਾਉਣੀਆਂ। ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਦੁੱਧ ਪਾਉਣਾ ਹੈ, ਦੁੱਧ ਨੂੰ ਥੋੜ੍ਹਾ ਜਿਹਾ ਅਸੀਂ ਸੁਕਾ ਲੈਣਾ ਹੈ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਇਹ ਜਿਹੜਾ ਚਿਕੰਦਰ ਦੇ ਵਿੱਚ ਦੁੱਧ ਰਚ ਜਾਵੇ। ਉਸ ਤੋਂ ਬਾਅਦ ਅਸੀਂ ਖੋਇਆ ਪਾਉਣਾ ਹੈ, ਖੋਇਆ ਪਾਉਣ ਤੋਂ ਬਾਅਦ ਵੀ 2 ਮਿੰਟ ਅਸੀਂ ਭੁੰਨਣਾ ਹੈ, ਭੁੰਨਣ ਤੋਂ ਬਾਅਦ ਅਸੀਂ ਖੰਡ ਪਾ ਦੇਣੀ ਹੈ, ਖੰਡ ਪਾ ਕੇ ਵੀ ਅਸੀਂ 1-2 ਮਿੰਟ ਵਾਸਤੇ ਇਹਨੂੰ ਭੁੰਨਣਾ ਹੈ ਅਤੇ ਇਸ ਤੋਂ ਬਾਅਦ ਅਸੀਂ ਗਰਮਾ ਗਰਮ ਇਹਨੂੰ ਸਰਵ ਕਰਨਾ ਹੈ। ਇਸੇ ਤਰ੍ਹਾਂ ਦੀਆਂ ਹੋਰ ਵੀ ਰੈਸਿਪੀਜ਼ ਦੇ ਲਈ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ 'ਤੇ ਪ੍ਰਾਈਮ ਕੁਕਿੰਗ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਜੀ।
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।